खालसा वाहिगुरू जी की फतेह। अज आप तुहाडे नाल गलबात करांगे जिहड़ा पंजाब दे विच किसानां दा जिहड़ा संघर्ष उह मगिया होया पूरे जोबर ते है ते इहदे विच जिहड़े गायकां ने विच शमूलियत कीती है वड्डे पद्धर ते उम्मीद नहीं सी एड्डी, पर सारे गायक आए ने, बाबे आए ने, कथावाचक आए ने ते होर प्रोफेसर यूनिवर्सिटियां दे हजे नहीं आए क्योंकि शायद किसानां ने जिहड़ी वंगार बाबिआं नूं कलाकारां नूं पाई सीगी कि जे ये साड़ी अज दुख की घड़ी के शामिल नहीं होंगे तो असं इन्हों का बायकाट करांगे। तो यह वंगार सानू यूनिवर्सिटियां दे विच बैठे हुए प्रोफेसर जिहड़े समय समय के उत्ते सिख धर्म नूं टोंदे ने कि इत्थे तां जी गुरद्वारे नहीं हस्पताल बनने चाहिए ने जां इत्थे सिख कुछ नहीं कर रहे, उन्हां नूं भी अज इत्थे किसानां दे मुद्दे ते बोलना चाहिए, वह मूंह च घुंगड़ियां पा के ना बैठन। तो जी आप गल कर रहे थे एक जो बड़ा मेन मुद्दा सीगा कि किसान जथेबंदियां कत्ती किसान जथेबंदियां ने उन्हां वल्लों वार वार किसानां नूं टुंबिया जा रहा है कि जिहड़े इह कलाकार ने उन्हां नूं टुंबिया जा रहा है कि इह साडी अगवाई नहीं कर सकते क्योंकि इन्हां कोले ज्ञान नहीं। ज्ञान क्यों नहीं हैगा? जे मैं बड़े सत्कार नाल तुहानूं पुछना चाहुंदा कि तुहाडी पंजाब नूं हुण तक देण की है, इन्हां दे विचों सिरे दी जथेबंदी भारतीय किसान यूनियन जिहदा आगू लखोवाल हैगा ਉਹ ਵੇਖਦਾ ਰਿਹਾ, ਰਾਜੇਵਾਲ ਵੇਖਦਾ ਰਿਹਾ, ਤੁਸੀਂ ਥੱਲੋਂ ਤਾਂ ਸੰਘਰਸ਼ ਮੁਕਾਉਂਦੇ ਹੋ ਬਟ ਸਾਡੀ ਪ੍ਰਾਪਤੀ ਕੀ ਹੈ? ਅੱਜ ਖੇਤੀ ਆਰਡੀਨੈਂਸਾਂ ਦੇ ਉੱਤੇ ਜੇ ਅੱਜ ਪੰਜਾਬ ਦੇ ਵਿੱਚ ਪੂਰਾ ਜੋਬਰ 'ਤੇ ਇਹ ਸੰਘਰਸ਼ ਪਹੁੰਚ ਚੁੱਕਿਆ ਹੈ, ਪੰਜਾਬ ਦਾ ਨੌਜਵਾਨ ਵੀ ਜਾਗ ਚੁੱਕੇ ਹੈ, ਗਾਇਕ ਵੀ ਤੁਹਾਡੇ ਵਿੱਚ ਆ ਚੁੱਕੇ ਨੇ, ਤਾਂ ਜਦੋਂ ਉਹਨਾਂ ਵਿੱਚੋਂ ਕੋਈ ਗਾਇਕ ਸਿੱਖ ਧਰਮ ਦੀ ਗੱਲ ਕਰਦੇ ਨੇ, ਸਿੱਖੀ ਦੇ ਬੋਲਬਾਲੇ ਦੀ ਗੱਲ ਕਰਦੇ ਨੇ, ਗੁਰੂਆਂ ਦੀ ਦੇਣ ਇਸ ਪੰਜਾਬ ਨੂੰ ਜਿਸ ਤਰੀਕੇ ਨਾਲ ਗੁਰੂਆਂ ਨੇ ਮੁੱਢ ਬੰਨਿਆ, ਕਿਵੇਂ ਇੱਥੇ ਕਦੇ ਬਾਬਰ ਆਉਂਦਾ ਰਿਹਾ, ਕਦੇ ਅਹਿਮਦ ਸ਼ਾਹ ਅਬਦਾਲੀ ਆਉਂਦਾ ਰਿਹਾ, ਕਦੇ ਔਰੰਗਜ਼ੇਬ ਆਉਂਦਾ ਰਿਹਾ, ਕਿਵੇਂ ਪੰਜਾਬ ਦੇ ਇਸ ਹਿੰਦੁਸਤਾਨ ਨੂੰ ਲੁੱਟਦੇ ਅਤੇ ਕੁੱਟਦੇ ਰਹੇ, ਬਟ ਗੁਰੂ ਨਾਨਕ ਸਾਹਿਬ ਨੇ ਇੱਥੇ ਧਰਤੀ ਦੇ ਵਿੱਚ ਪ੍ਰਗਟ ਹੋ ਕੇ ਜਿਵੇਂ ਇਹਨਾਂ ਲੋਕਾਂ ਨੂੰ ਗਿਆਨ ਦੀ ਗੁੜ੍ਹਤੀ ਦਿੱਤੀ, ਉਹਨਾਂ ਨੂੰ ਟੁੰਬਿਆ ਕਿ ਇਹ ਲੋਕੋ ਅਣਖ ਇਹ ਨਹੀਂ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ, ਤਾਂ ਇੱਥੋਂ ਦੇ ਲੋਕਾਂ ਨੂੰ ਗੁਰੂ ਸਾਹਿਬ ਨੇ ਅਣਖ ਦੀ ਪਾਣ ਚਾੜੀ, ਸਿਰਫ ਪੰਜਾਬ ਦੇ ਲੋਕਾਂ ਨੂੰ। ਪਾਕਿਸਤਾਨ 'ਚ ਉਹਦਾ ਜਨਮ ਹੁੰਦਾ ਹੈ, ਉੱਥੋਂ ਲੈ ਕੇ ਲਹਿੰਦਾ 'ਤੇ ਚੜ੍ਹਦੇ ਪੰਜਾਬ ਦੇ ਲੋਕ ਉਹਦੇ ਵਿੱਚ ਸ਼ਮੂਲੀਅਤ ਕਰਦੇ ਨੇ, ਉਹਦੇ ਵਿੱਚ ਮੁਸਲਮਾਨ ਵੀ ਸੀਗੇ, ਹਿੰਦੂ ਵੀ ਸੀਗੇ, ਜਿਹੜੇ ਸਿੱਖ ਧਰਮ ਦੇ ਵਿੱਚ ਨਹੀਂ ਆਏ, ਜਿਨ੍ਹਾਂ ਨੂੰ ਗੁਰੂ ਦੀ ਵਿਚਾਰਧਾਰਾ ਚੰਗੀ ਨਹੀਂ ਲੱਗੀ, ਪਰ ਜਿਨ੍ਹਾਂ ਨੂੰ ਗੁਰੂ ਦੀ ਵਿਚਾਰਧਾਰਾ ਚੰਗੀ ਲੱਗੀ ਉਹਨਾਂ ਨੇ ਦਸੇ ਪਾਤਸ਼ਾਹੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀ ਤਲਵਾਰਾਂ ਧਾਰਨ ਕਰਕੇ ਕਿਵੇਂ ਖਾਲਸਾ ਪੰਥ ਦੀ ਸਾਜਨਾ ਕੀਤੀ, ਉਹਨਾਂ ਨੂੰ ਅਣਖ ਦਿੱਤੀ, ਗੁਰਬਾਣੀ ਦਾ ਗਿਆਨ ਵੀ ਦਿੱਤਾ ਅਤੇ ਘੋੜਸਵਾਰੀਆਂ ਕਰਾਉਂਦੇ ਰਹੇ, ਝੂਠੇ ਰਾਜੇ ਦੇ ਵਿਰੁੱਧ ਕਲਗੀ ਲਾਈ, ਘੋੜਾ ਰੱਖਿਆ ਅਤੇ ਲੋਕਾਂ ਨੂੰ ਦੱਸਿਆ, ਨਾਨਕ ਨੇ ਇਹ ਦੱਸਿਆ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਧ ਵੱਡਿਆ ਸੋ ਕਿਆ ਰੀਸ, ਨੀਵੇਂ ਤੋਂ ਨੀਵੇਂ ਨਾਲ ਗੁਰੂ ਨਾਨਕ ਖੜ੍ਹਦੇ ਰਹੇ ਨੇ। ਬਟ ਪੰਜਾਬ ਦੇ ਕੁਝ ਬੇਵਕੂਫ ਕਿਸਮ ਦੇ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਅਤੇ ਜਾਂ ਸਾਡੇ ਭਰਾ ਜਿਹੜੇ ਕੁਛ ਖੱਬੀ ਪੱਖੀ ਜਿਹੜੇ ਲੈਲਣ ਤੋਂ ਮਾਰਕਸ ਤੋਂ ਬੜੇ ਪ੍ਰਭਾਵਿਤ ਨੇ, ਜਿੰਨਾ ਵੀ ਦੁਨੀਆਂ ਦਾ ਸੰਘਰਸ਼ ਹੈ ਤੁਸੀਂ ਉਹਨਾਂ ਦੀ ਤਾਰੀਫ ਕਰੋ, ਉਹਨਾਂ ਦੇ ਤੁਸੀਂ ਪੰਜਾਬ 'ਚ ਪੈਦਾ ਹੋ ਕੇ ਮਾਣ ਸਕਦੇ ਉਹਨਾਂ ਨੂੰ, ਉਹਨਾਂ ਦੀ ਤਾਰੀਫ ਕਰੋ, ਜੋ ਵੀ ਤੁਸੀਂ ਬੋਲੋ, ਪਰ ਪੰਜਾਬ ਦੀ ਧਰਤੀ ਦੇ ਵਿੱਚ ਪੈਦਾ ਹੋਇਆ ਇਨਕਲਾਬ ਗੁਰੂ ਨਾਨਕ ਸਾਹਿਬ ਨੇ ਜਿਸ ਤਰੀਕੇ ਨਾਲ ਲੋਕਾਂ ਨੂੰ ਇੱਕ ਕੀਤਾ, ਜਾਤ ਪਾਤ ਨੂੰ ਖਤਮ ਕਰਦਾ ਉਹਨਾਂ ਨੇ ਪੂਰਾ ਜ਼ੋਰ ਲਾਇਆ, ਅਤੇ ਆਪਣੇ ਹੁੰਦੇ ਹੋਏ ਗੁਰੂਆਂ ਨੇ ਸਿੱਖ ਯੋਧਿਆਂ ਨੂੰ, ਬੰਦਾ ਸਿੰਘ ਬਹਾਦਰ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਤੱਕ ਉਹਨਾਂ ਨੇ ਪੂਰਾ ਜ਼ੋਰ ਲਾਇਆ। ਜੇ ਅੱਜ ਕਮੀਆਂ ਤਾਂ ਉਹਨਾਂ ਸਾਰੇ ਲੋਕਾਂ ਦੇ ਵਿੱਚ ਹੈ ਜਿਹੜੇ ਸਿੱਖੀ ਦੀਆਂ ਗੱਲਾਂ ਨਾ ਕਰਕੇ ਪਿੰਡਾਂ ਦੇ ਵਿੱਚ ਸਿਰਫ ਇਹ ਕਹਿੰਦੇ ਨੇ ਕਿ ਸਿੱਖ ਨਾਂ ਦੀ ਕੋਈ ਚੀਜ਼ ਨਹੀਂ, ਖੱਬੇ ਪੱਖੀ ਜਿਹੜੀਆਂ ਕਾਮਰੇਡ ਧਿਰਾਂ ਨੇ ਉਹਨਾਂ ਨੂੰ ਸਿੱਖੀ ਦਿੱਖ ਤੋਂ, ਸਿੱਖੀ ਪਹਿਰਾਵੇ ਤੋਂ ਬੜੀ ਤਕਲੀਫ ਹੈ। ਅੱਜ ਵੀ ਜਦੋਂ ਦੀਪ ਸਿੱਧੂ ਵਰਗੇ ਨੌਜਵਾਨ ਅਤੇ ਲੱਖਾਂ ਸਧਾਣਾ ਵਰਗੇ ਨੌਜਵਾਨ ਸਿੱਖ ਦੀ ਗੱਲ ਕਰਦੇ ਨੇ ਕਿ ਕਿਵੇਂ ਇਹਨਾਂ ਨੇ ਗੁਰੂਆਂ ਨੇ ਇਸ ਪੰਜਾਬ ਨੂੰ ਬਚਾਇਆ, ਤਾਂ ਬਹੁਤ ਸਾਰੀਆਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਉਗਰਾ ਹੈ, ਉਹਨਾਂ ਦਾ ਜਿਹੜਾ ਜਗਿੰਦਰ ਸਿੰਘ ਨਾਂ ਦਾ ਬੰਦਾ ਕਹਿੰਦਾ ਸੀ ਜਕਾਰੇ ਨਹੀਂ ਲਾਉਣੇ, ਤੁਹਾਨੂੰ ਇੰਨੀ ਤਕਲੀਫ ਕਿਉਂ? ਅਤੇ ਜਾਂ ਜਦੋਂ ਪਿੱਛੇ ਜੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਹਦੇ ਵਿੱਚ ਗਾਇਕ ਵੀ ਸ਼ਾਮਿਲ ਹੁੰਦੇ ਨੇ, ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਹੁੰਦੀਆਂ ਨੇ, ਅਤੇ ਉੱਥੇ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਜਾਂਦਾ ਕਿ ਜਦੋਂ ਖਾਲਿਸਤਾਨ ਦਾ ਨਾਰਾ ਲੱਗਦਾ ਹੈ ਤਾਂ ਉੱਥੇ ਬੀਬੀ ਜਿਹੜੀ ਸਿਮਰਜੀਤ ਕੌਰ ਗਿੱਲ ਹੈ ਉਹਨੇ ਕਿਹਾ, ਇੱਕ ਦੋ ਹੋਰ ਸਿੱਧੀ ਗੱਲ ਨੇ ਵੀ ਕਿਹਾ, ਚਲੋ ਤੁਹਾਡੀ ਆਪਣੀ ਸਮਝ ਹੋ ਸਕਦੀ ਹੈ ਕਿ ਇਹਨਾਂ ਦੀ ਸ਼ਰਾਰਤੀ ਅਨਸਰ ਨੇ, ਤਾਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਇਹਨਾਂ ਸ਼ਰਾਰਤੀ ਅਨਸਰਾਂ ਨੇ ਪੰਜਾਬ ਦੇ ਵਿੱਚ ਜਾਤ ਪਾਤ ਦਾ ਕੋੜ ਵੱਢਿਆ, ਇਹਨਾਂ ਪੰਜਾਬ ਦੇ ਸ਼ਰਾਰਤੀ ਅਨਸਰਾਂ ਨੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸਿੱਕੇ ਜਾਰੀ ਕੀਤੇ, ਪੰਜਾਬ ਦੀ ਕਰੰਸੀ ਆਪਣੀ ਹੋਈ, ਪੰਜਾਬ ਦੇ ਵਿੱਚ ਐਜੂਕੇਸ਼ਨ ਸਿਸਟਮ ਲੈ ਕੇ ਆਏ, ਹਲੀਮੀ ਰਾਜ ਲੈ ਕੇ ਆਏ, ਸਭ ਨੂੰ ਬਰਾਬਰ ਦਾ ਹੱਕ, ਬੰਦਾ ਸਿੰਘ ਬਹਾਦਰ ਨੇ ਇਹਨਾਂ ਸ਼ਰਾਰਤੀ ਅਨਸਰਾਂ ਦੀ ਗੱਲ ਤੁਹਾਨੂੰ ਮੈਂ ਦੱਸ ਰਿਹਾ, ਬੰਦਾ ਸਿੰਘ ਬਹਾਦਰ ਨੇ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ, ਕੁਛ ਕੁ
ਸਿੱਖਾਂ ਨੂੰ ਮੋੜਨ ਦੇ ਲਈ ਪੰਜਾਬ ਦੇ ਕਿਉਂਕਿ ਉਹਨਾਂ ਦੇ ਖੂਨ ਦੇ ਵਿੱਚ ਸਿੱਖੀ ਹੈ ਉਹਨਾਂ ਨੂੰ ਟੁੰਬੜ ਦੇ ਲਈ ਆਪਣੇ ਪਿੱਛੇ ਲਾਉਣ ਲਈ ਸਿੱਖੀ ਗੱਲਾਂ ਤਾਂ ਕਰਦੇ ਨੇ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਖੱਬੇ ਪੱਖੀ ਧਿਰਾਂ ਜ਼ਿਆਦਾਤਰ ਇੱਕ ਦੋ ਛੁੱਟ ਛੱਡ ਕੇ ਪੰਜਾਬ ਜਿਨ੍ਹਾਂ ਨੂੰ ਸਿੱਖੀ ਪਛਾਣ ਠੀਕ ਆ ਉਹਨਾਂ ਨੂੰ ਚੰਗੀ ਲੱਗਦੀ ਹੈ ਉਹ ਬੋਲਦੇ ਵੀ ਨੇ ਬਟ ਜ਼ਿਆਦਾਤਰ ਅਖੌਤੀ ਖੱਬੇ ਪੱਖੀਆਂ ਕਾਂਗਰਸ ਅਤੇ ਅਕਾਲੀਏ ਵੀ ਅਤੇ ਆਪ ਵਾਲੇ ਵੀ ਘੱਟ ਨਹੀਂ ਗਏ ਇਹਨਾਂ ਨੂੰ ਸਿੱਖੀ ਪਹਿਚਾਣ ਬੜੀ ਚੁੱਭਦੀ ਹੈ ਤਾਂ ਉਹ ਕਹਿੰਦਾ ਕਿ ਜਕਾਰੇ ਨਹੀਂ ਖਾਲਿਸਤਾਨ ਦੇ ਲੱਗਣੇ ਚਾਹੀਦੇ ਬੋਲੇ ਸੁਣਨ ਦੇ ਕਿਉਂ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਇਹਨਾਂ ਸ਼ਰਾਰਤੀਆਂ ਨੇ ਸਾਰੇ ਰਾਜ ਕੀਤਾ ਹੈ ਅਤੇ ਰਾਜ ਵੀ ਉਹ ਦਿੱਤਾ ਕਿਸੇ ਦਾ ਮੰਦਰ ਨਹੀਂ ਢਾਇਆ ਮਸਜਿਦ ਨਹੀਂ ਢਾਈ ਕਿਸੇ ਨੂੰ ਧੱਕੇ ਨਾਲ ਸਿੱਖ ਨਹੀਂ ਬਣਾਇਆ ਇਹ ਰਾਜ ਕੀਤਾ ਹੈ ਇਹ ਸ਼ਰਾਰਤੀ ਅਫਸਰਾਂ ਨੇ ਰਾਜ ਕੀਤਾ 1984 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਅਗਵਾਈ ਦੇ ਵਿੱਚ ਜਿਹੜੇ ਤੁਸੀਂ ਅੱਜ ਮੁੱਦੇ ਆਰਡੀਨੈਂਸ ਦੇ ਲੈ ਕੇ ਕਿਸਾਨਾਂ ਦੇ ਮੁੱਲ ਦੀ ਗੱਲ ਕਰਦੇ ਹੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਗੁਰਦਰਸ਼ਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਨਾਂ ਨੇ ਰੈਜੋਲਿਊਸ਼ਨ ਲਿਖਿਆ ਆਨੰਦਪੁਰ ਸਾਹਿਬ ਦਾ ਜਿਹਦੇ ਵਿੱਚ ਸਾਰੀਆਂ ਮੰਗਾਂ ਸੀ ਜੇ ਉਦੋਂ ਇਹ ਪੰਜਾਬ ਦੇ ਅਖੌਤੀ ਵਿਦਵਾਨ ਪ੍ਰੋਫੈਸਰ ਸਰਕਾਰ ਦੇ ਪਿੱਠੂ ਬਣ ਕੇ ਪਿੱਠ 'ਚ ਛੁਰਾ ਨਾ ਮਾਰਦੇ ਤਾਂ ਉਦੋਂ ਇਹ ਧਰਨੇ ਲਾਉਣ ਦੀ ਲੋੜ ਨਹੀਂ ਸੀ ਇਸ ਤੋਂ ਇਲਾਵਾ ਮੈਂ ਗੱਲਾਂ ਇਹ ਕਰਨੀਆਂ ਚਾਹੁੰਦਾ ਕਿ ਇਹ ਕਿਸਾਨਾਂ ਨੂੰ ਕਲਾਕਾਰਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਤੰਗ ਕਰਦੇ ਨੇ ਸਾਡੀ ਅਗਵਾਈ ਨਹੀਂ ਕਰ ਸਕਦੇ ਕਿਉਂ ਉਹ ਪੰਜਾਬ ਦੇ ਜੰਮੇ ਨਹੀਂ ਹੈਗੇ ਇਹ ਗੱਲ ਕਹਿਣੀ ਬੰਦ ਕਰੋ ਉਹ ਪੰਜਾਬ ਦੇ ਵਾਰਸ ਨੇ ਅੱਜ ਜੋ ਸਿੱਖੀ ਦੀ ਗੱਲ ਕਰਦੇ ਤੁਹਾਨੂੰ ਤਕਲੀਫ ਹੈ ਤਕਲੀਫ ਤੁਹਾਨੂੰ ਸਿੱਖੀ ਗੱਲ ਤੋਂ ਹੈ ਕਿ ਦੀਪ ਸਿੱਧੂ ਸਿੱਖੀ ਇਤਿਹਾਸ ਦੀ ਗੱਲ ਕਿਉਂ ਕਰਦਾ ਹੈ ਤੁਹਾਨੂੰ ਮਿਰਚਾਂ ਇਸ ਗੱਲ ਦੀਆਂ ਲੱਗਦੀਆਂ ਨੇ ਅੱਛਾ ਮੈਂ ਪੁੱਛਣਾ ਚਾਹੁੰਦਾ ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਦਾ ਹਲਕ ਤੋਂ ਥੱਲੇ ਨਹੀਂ ਉਤਰਿਆ ਆਰਡੀਨੈਂਸ ਅੱਛਾ ਆਰਡੀਨੈਂਸ ਪਹਿਲੀ ਗੱਲ ਤਾਂ ਹੋਊਗਾ ਨਹੀਂ ਪਾਸ ਬਿੱਲ ਵੀ ਕਾਨੂੰਨ ਵੀ ਬਣ ਗਿਆ ਬਿੱਲ ਬਣ ਚੁੱਕਿਆ ਅੱਛਾ ਜੇ ਤੁਸੀਂ ਇਹ ਪਾਸ ਕਰਾ ਲੈਂਦੇ ਹੋ ਤਾਂ ਤੁਸੀਂ ਕੀ ਖੇਤੀ ਕਰੀ ਜਾਓਗੇ ਜਿਹੜਾ ਸਾਡਾ ਧਰਤੀ ਦਾ ਪਾਣੀ ਥੱਲੇ ਤੁਰ ਗਿਆ ਅੱਜ ਤਾਂ ਤੁਸੀਂ ਇਹ ਧਰਨੇ ਲਾਏ ਤੁਹਾਨੂੰ ਮਹੀਨਾ ਹੋ ਜਾਣਾ ਧਰਨਿਆਂ 'ਤੇ ਦਿਨ ਰਾਤ ਤੁਸੀਂ ਰੇਲਾਂ ਰੁਕੀਆਂ ਹੋਈਆਂ ਨੇ ਚੰਗੀ ਗੱਲ ਹੈ ਸੰਘਰਸ਼ ਮੰਗਾਇਆ ਜੇ ਧਰਤੀ ਥੱਲਾ ਪਾਣੀ ਮੁੱਕ ਗਿਆ ਫਿਰ ਧਰਨੇ ਤੁਸੀਂ ਲਾਓਗੇ ਕਿ ਸਾਨੂੰ ਨਹਿਰ ਦਾ ਪਾਣੀ ਦਿਓ ਤੁਸੀਂ ਕਿਸਾਨਾਂ ਦੇ ਡੰਡੇ ਪਾਈ ਜਾਣੇ ਨੇ ਸਾਰੀ ਉਮਰ ਪੰਜਾਬ ਦੇ ਲੋਕਾਂ ਦਾ ਖੂਨ ਪੀਣਾ ਬੰਦ ਕਰੋ ਦੂਰਦ੍ਰਿਸ਼ਟੀ ਰੱਖੋ ਚੰਗੇ ਪ੍ਰੋਫੈਸਰ ਵਿਦਵਾਨ ਜੇ ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਗੁਰਦਰਸ਼ਨ ਸਿੰਘ ਢਿੱਲੋਂ ਵਰਗਿਆਂ ਨੂੰ ਤੁਸੀਂ ਵਿੱਚ ਇਨਵੋਲਵ ਕਰੋ ਦਲ ਖਾਲਸਾ ਦੀ ਸਪੋਰਟ ਲਓ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰੋ ਉਹ ਤੁਹਾਨੂੰ ਬੇਵਕੂਫ ਲੱਗਦੇ ਨੇ ਕਿਉਂ ਕਿਉਂਕਿ ਉਹ ਹਾਥੀ ਦੀ ਪੈਰ 'ਚ ਬਹੁਤ ਕੁਛ ਆ ਜਾਂਦਾ ਤੁਹਾਨੂੰ ਸੱਚ ਦੱਸਦੇ ਨੇ ਉਹ ਅੱਛਾ ਚਾਰ ਕਿਸੇ ਪਿੱਛੇ ਦੇ ਚਾਰ ਸੱਤ ਚਾਰ ਕੁ ਮਹੀਨਿਆਂ ਦੀ ਗੱਲ ਹੈ ਪੇਪਰ ਦੇ ਵਿੱਚ ਐਡ ਆਈ ਸੀ ਕਿ ਪੰਜਾਬ ਦਾ 4 ਕਰੋੜ ਰੁਪਈਆ ਡੇਲੀ ਦਾ ਬਿਜਲੀ ਨੂੰ ਜਾਂਦਾ ਕਿਉਂ ਸਾਡਾ ਏਅਰਪੋਰਟ ਮੋਹਾਲੀ ਨਹੀਂ ਚੱਲਦਾ ਕਿਉਂ ਸਾਡਾ ਏਅਰਪੋਰਟ ਅੰਮ੍ਰਿਤਸਰ ਨਹੀਂ ਚੱਲਦਾ ਜੇ ਇਹੀ ਪੈਸਾ ਸਾਡੇ ਵਿੱਚ ਲੱਗੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ ਅਤੇ ਹੋਰ ਇਸ ਤੋਂ ਇਲਾਵਾ ਚੰਡੀਗੜ੍ਹ ਦਾ ਮਸਲਾ ਹੈ ਕਿਹੜੀ ਕਿਸਾਨ ਜਥੇਬੰਦੀ ਨੇ ਤਾਂ ਮੁੱਦਾ ਚੁੱਕਿਆ ਕਿਹੜੀਆਂ ਖੱਬੇ ਪੱਖੀ ਜਥੇਬੰਦੀਆਂ ਨੇ ਮੁੱਦਾ ਚੁੱਕਿਆ ਪੇਪਰ ਛਾਪ ਕੇ ਲੜਾਈ ਨਹੀਂ ਹੁੰਦੀ ਕਿਸਾਨ ਜਥੇਬੰਦੀਆਂ 10 ਬੁੱਧੀਜੀਵੀ ਫੜੇ ਗਏ ਇਸ ਜਿੰਨੇ ਵੀ ਬੰਦੇ ਨੇ ਦਿੱਲੀ ਦੇ ਅਤੇ ਹੋਰ ਉਹਨਾਂ ਬਾਰੇ ਬੋਲਦੇ ਬੋਲਣਾ ਚਾਹੀਦਾ ਹੈ ਜ਼ੁਲਮ ਹੈ ਪਰ ਜਗਤਾਰ ਸਿੰਘ ਹੋਰ ਦਾ ਕੀ ਕਸੂਰ ਹੈ ਉਹਨੇ ਜਿਹੜੀ ਲੜਾਈ ਲੜੀ ਆਪਣੇ ਲਈ ਲੜੀ ਵਾਲੀਬਾਲ ਦਾ ਉੱਪਰ ਦਾ ਖਿਡਾਰੀ ਇੰਟਰਨੈਸ਼ਨਲ ਖਿਡਾਰੀ ਆਪਣੀ ਜਾਇਦਾਦ ਛੱਡ ਕੇ ਪੰਜਾਬ ਦੀ ਧਰਤੀ ਲਈ ਜਿਹੜਾ ਜ਼ੁਲਮ ਹਿੰਦੁਸਤਾਨ ਦੀ ਸਰਕਾਰ ਨੇ ਕਾਂਗਰਸ ਨੇ ਬਾਦਲ ਕਿਆਂ ਨੇ ਸੰਘਵਾਦੀਆਂ ਨੇ ਕੀਤਾ ਉਹਦਾ ਮੂੰਹ ਜਵਾਬ ਦਿੱਤਾ ਉਹਨਾਂ ਦੀਆਂ ਜੇਲ੍ਹਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ ਕਿਸਾਨ ਜਥੇਬੰਦੀਆਂ ਅੱਜ ਮੈਂ ਮਨਜੀਤ ਸਿੰਘ ਧਨੇਰ ਦੀ ਇੰਟਰਵਿਊ ਸੁਣ ਰਿਹਾ ਸੀਗਾ ਉਹਨੇ ਇਹ ਵਾਰ ਵਾਰ ਦੁਹਰਾਉਂਦੇ ਨੇ ਇਹ 10 ਜੇ ਬੁੱਧੀਜੀਵੀ ਛੱਡ ਦੇ ਬਿਲਕੁਲ ਯਾਦ ਕਰੋ ਜ਼ੁਲਮ ਦੀ ਗੱਲ ਹੈ ਨਹੀਂ ਫੜਨੇ ਚਾਹੀਦੇ ਪਰ ਜਿਹੜੇ ਪੰਜਾਬ ਦੇ UAPA ਦੇ ਅਧੀਨ 16 ਦੇ ਕਰੀਬ ਮੁੰਡੇ ਫੜੇ ਨੇ ਗਰੀਬ ਘਰਾਂ ਦੇ ਉਹਨਾਂ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਤੁਸੀਂ ਰਾਜ ਹੋਣੇ ਬਾਰੇ ਜਿਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦਾ ਸੌਦਾ ਲਾਇਆ ਉਹਦੇ ਜੁਰਮ ਨੂੰ ਠੰਡ ਪਾਈ ਉਹਦੀ ਵੀ ਆਪਣੀ ਕੋਈ ਪ੍ਰੋਬਲਮ ਸੀਗੀ ਉਹ ਵੀ ਜਿਵੇਂ ਪਿੰਕੀ ਕੈਟ ਵਰਗੇ ਨੇ 1000 ਮੁੰਡੇ ਮਾਰਤੇ ਉਹ ਵੀ SSP DIG ਅੱਜ ਪੜ ਜਾਂਦੇ ਤੁਸੀਂ ਕਿਉਂ ਨਹੀਂ ਸੁਮੇਧ ਸਿੰਘ ਦੇ ਵਿਰੁੱਧ ਬੋਲਦੇ ਤੁਸੀਂ ਕਿਉਂ ਨਹੀਂ ਉਮਰਾਂ ਨਿਕਲ ਦੇ ਵਿਰੁੱਧ ਬੋਲਦੇ ਤੁਸੀਂ ਕਿਉਂ ਨਹੀਂ ਬੋਲਦੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਤੁਸੀਂ ਕਦੇ ਗੱਲ ਕੀਤੀ ਹੈ ਕਿ ਜਗਤਾਰ ਸਿੰਘ ਵਾਰੇ ਨੂੰ ਤਾਰ ਨੂੰ ਰਿਹਾ ਕਰੋ ਹਮੇਸ਼ਾ ਤੁਸੀਂ ਗੱਲ ਕਰਦੇ ਹੋ ਇਹਨਾਂ ਦੀ ਪੰਜਾਬ ਦੀ ਬੋਲੀ ਅੱਜ ਪੰਜਾਬੀ ਬੋਲੀ ਖਤਮ ਕਰਤੀ ਕਸ਼ਮੀਰ ਦੇ ਵਿੱਚ ਤੁਸੀਂ ਕਿਸਾਨ ਜਥੇਬੰਦੀਆਂ ਬੋਲੇ ਜਿਵੇਂ ਤੁਸੀਂ ਵਾਰ ਵਾਰ ਇਹ ਨਾਰਾ ਦਿੰਦੇ ਹੋ 10 ਬੁੱਧੀਜੀਵੀ ਕਰਤੇ ਜੀ ਕਸ਼ਮੀਰ 'ਚ ਜ਼ੁਲਮ ਹੈ ਪੰਜਾਬ 'ਚ ਜ਼ੁਲਮ ਨਹੀਂ ਹੋਇਆ ਕਿੰਨੀਆਂ ਵੀਡੀਓਜ਼ ਆ ਚੁੱਕੀਆਂ ਨੇ ਵਾਅਦਾ ਮਾਫ ਗਵਾਹ ਜਿਹੜੇ ਸੁਮੇਧ ਸਿੰਘ ਦੇ ਵਿਰੁੱਧ ਬਣੇ ਉਹਨਾਂ ਨੇ ਦੱਸਿਆ ਕਿ ਕਿਵੇਂ ਇਹਨਾਂ ਨੇ ਮੁੰਡੇ ਕੋਹ ਕੋਹ ਕੇ ਮਾਰੇ ਨੇ ਸੋ ਮੇਰੀ ਉਮੀਦ ਹੈ ਤੁਹਾਨੂੰ ਬੇਨਤੀ ਹੈ ਸਿੰਗਰਾਂ ਨੂੰ ਵੀ ਟੋਣਾ ਬੰਦ ਕਰੋ ਇਹਨਾਂ ਨੂੰ ਬਦਨਾਮ ਨਾ ਕਰੋ ਇੱਕ ਇੱਕ ਦੂਰਦ੍ਰਿਸ਼ਟੀ ਹੈ ਇਹਨਾਂ ਕੋਲ ਕਿਸਾਨ ਜਥੇ ਵੀ ਦੂਰਦ੍ਰਿਸ਼ਟੀ ਹੈ ਕਿਸਾਨਾਂ ਦੇ ਡਾਂਗਾ ਪਾਉਣੀਆਂ ਬੰਦ ਕਰੋ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਕਰੋ ਪੰਜਾਬ ਦਾ ਪਾਣੀ ਸਾਡੀਆਂ ਖੇਤਾਂ ਨੂੰ ਲੱਗੇ ਕਿਉਂ ਅਸੀਂ ਮੋਟਰਾਂ ਦਾ ਪਾਣੀ ਕੱਢ ਕੱਢ ਕੇ ਅਸੀਂ ਲਾ ਰਹੇ ਆਪਣੇ ਖੇਤਾਂ ਨੂੰ ਜਦੋਂ ਪਾਣੀ ਮੁੱਕ ਜੂਗਾ ਤੁਸੀਂ ਫਿਰ ਇੱਥੇ ਡਾਂਗਾ ਪਾਉਣ ਲਈ ਇੱਥੇ ਧਰਨੇ ਲਾਓਗੇ ਕਿਉਂ ਸਾਡੇ ਏਅਰਪੋਰਟ ਨਹੀਂ ਚੱਲਦੇ ਕਿਉਂ ਸਾਡੀ ਪੰਜਾਬੀ ਬੋਲੀ ਦਾ ਇਹ ਹਾਲ ਹੈ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਕਿਉਂ ਇਹ ਰਾਧਾ ਸੁਆਮੀ ਹੈ ਸਰਸਿਆਂ ਦੇ ਡੇਰੇ ਦੇ ਵਿੱਚ
इन्हों ने उपजाऊ जमीन के उत्ते डेरे बनाए हुए हैं, क्यों नहीं इतनी खेती हो सकती? इतने तुम बोलते नहीं सो कॉल्ड कॉन्ग्रेट प्रोफेसर ने जो यूनिवर्सिटियों के इन्होंने तकलीफ बड़ी है, सरोवर पूर दो जी ये कर दो। इतने मैं पूछना चाहता जो इन्होंने डेरे बनाए राधा स्वामिया ने सरसे वाले कारिया ने वह बेनीफिट की है? अच्छ झोपड़ी कमेटी बेशक चोरों की है, बड़िया चोर मुड़िया ने, पर किसी भी गुरुद्वारे चोर जो तुम लंगर मिलेगा रहने थान मिलेगी इतने दिखाओ इन्होंने डेरिया के मिलता है। इतने भी तुम बोलते बठिंडा का थर्मल प्लांट की जी नियर अबाउट 100 एकड़ के करीब जमीन है, आ कामरेड लाल झंडे जो पिंड गरीब भरावान का जट्टा का आपस लड़ाई करवा रहे हैं, इतने नहीं बोलते वो इतने दवाइया की हक बना चाहते हैं, क्यों नहीं उतने आले दुआले के लोगों को 2-2 किले जमीन कट के दी जाती? तुम अपनिया फोकिया चौधर बंद करो, जो तुम लोड़ है पूरे पंजाब जिन्या शामलेट जमीन ने साडे गरीब भरावान दित्तियां जाण, SC BC की खेड़ खेड़नी बंद करो। ये कहना चाहिए कि हाँ आर्थिक पक्ष के पिछड़े हुए हैं, जो साडे गुरु नानक ने गुरु गोबिंद सिंह ने एको बट जो अमृत कहते जात पात खत्म करते सिखी के फलसफे की तुम गल नहीं करते, सिख न टुंबते जरूर हो, मोदी वांगू बहुत सारे कामरेड ये दुख जरूर है जी हाँ जी दरबार साहब जनानियां कीर्तन नहीं करती औरत जे होर गुरद्वारे औरतें कीर्तन करते तो नहीं दसदी। अच्छा हम तुम मोदी वांगू दसोगे सिखा भी तुम की खाना की पाना की करना की नहीं करना? जिनी आजादी पंजाब के सिख औरतों को होते दसा दिखाओ तुम कामरेड जथेबंदियां दसन इन्हों आगू कि आगू कुड़ियां ने इन जथेबंदी के सो पंजाब की हवा के लागू लाना बंद करो, पंजाब की खुद मुख्तारी की गल करो तो पंजाब बचूगा। इंडिया बेनती प्रो एक पेंड होर करता कि जोगिंदर यादव आ रहा अज आवे जी सद के आवे, जोगिंदर यादव भी पंजाब के पानिया के मुल्ले पुट्ठा बोलिया जैसे कि राय पेनियर कानून कहता कि जितों यह दरिया लंघते उतों के लोगों का हक है, साढ़ा तो हर भर भी तुरते ही नहीं मुकना जो एयरपोर्ट भी चलो तुम खेती भी ना करो, लीडर चलो सर्वसम्मति लीडर चलिया गुरु गोबिंद सिंह ने बंदा सिंह बहादुर जिन्हें हरीवीदार करके दसिया बेजमीन ने किसानों जमीन ही दी सिक्के पंजाब की करंसी पैदा करके दसी, हरी सिंह नलबू वर्गे चुने, काली फूला सिंह वर्गे चुने, महाराजा रणजीत सिंह चुने, सर्वसम्मति अपने लीडर चुनो ताकि पंजाब की होनी निश्चित कर सकन, किसान जथेबंदियां ये गलों के जवाब देन, पानिया का मुद्दा पंजाब के पानिया के मुल हरियाणा के दिल्ली तो असी पत्थर मुल लेने सा पानी मुफ्त क्यों जा रहा है? भाखड़ा के कंट्रोल क्यों पंजाब के जिन्हें भी जॉबा ने भी ये गल तो हो पंजाब के मुंडे पढ़ते नहीं पढ़ते नहीं, तुम इंटरव्यू उत्थे शोशा करके जिहड़े मुंडे नूं मर्जी चुन लैंदे हो आई ICS BCS है कि पढ़ने वाले मुंडे पंजाब तुम जॉबा देने वाले बनो, सिर्फ मारना जी तुम आर्मी का छड्डा हो जाए कितने मरी जाओ तुम, सो ये बकवास बंद करो कि पंजाब के मुंडे पढ़ते नहीं पढ़ते हैं पर इंटरव्यू के नाते शोशा करके तो बंद करने किसी होर ही नौकरी दे दी जाती ने पंजाबियों का जब कामरेड का की नुकसान है, सिखा का नुकसान है, साढ़े कारा से गुरु ने दी तो नहीं बर्दाश्त होती है, मोदी ने हरेक चीज़ से पाबंदी ला रखी है, कोई कामरेड जथेबंदी या किसान जथेबंदी बोली है? सिर्फ एक दो छड़ के जो साढ़े भरा ने वह बोल रहे सत्कार योग ने, पंजाब की खुद मुख्तारी तो बिना, पंजाब के पानिया का मुल लड़ाई तो बिना, पंजाब का बार्डर खोली तो बिना पंजाब का हल नहीं होना, तो किसान जथेबंदियां अपनी गल दसन के फैसले संगत के रहन ना कि बंद कमरिया के। इन मेरिया बेनती ने वाहू जी का खालसा वाहू जी की फतेह।